कुछ लोग ऐसे ने जो गल नहीं बन दे, जो नहीं चाहते विकास होवे, जो नहीं चाहते क्याम करा दे धीआं पुत पढ़ लिख के अफसर बन जाए, डॉक्टर बन जाए। संत अतर सिंह स्टेट इंस्टीट्यूट ऑफ मेडिकल साइंसिज मस्तूणा साहब जिथे आप बैठे हैं, टोटल 460 करोड़ रुपए का प्रोजेक्ट है। मैं सारा डिटेल देना, 25 एकड़ लैंड जिहड़ी है वो अंगीठा साहब गुरुद्वारा साहब के ट्रस्ट ने सानू दित्ती, 460 बैड ने हॉस्पिटल, 330 पहले साल ते बाकी जिहड़े ने सैकेंड ईयर 23 मई 2022 नू रजिस्ट्री डिपार्टमेंट ऑफ मेडिकल रिसर्च एंड एजुकेशन दे नाते होगी। डॉक्टर विशाल चोपड़ा नू असी डायरेक्टर प्रिंसीपल ऑफ दिस इंस्टीट्यूट अपॉइंट भी करता 1/7/2022 नू, 5/8/2022 नू इत्थे तुसी सी, यही कैमरे सी तुहाडे, ते आपां ने इह ऐलान करता कि पहला समेस्टर 1 मार्च तो शुरू होगा। उस तो बाद असी अपरूवल वास्ते एक एप्लीकेशन संत अतर सिंह स्टेट इंस्टीट्यूट ऑफ मेडिकल साइंसिज मस्तूणा साहब असी सबमिट करती नैशनल मेडिकल कौंसल दे विच, कमीशन दे विच, NMC दे विच असी 9/8/2022 नू 100 MBBS सीटा वास्ते असी अप्रूव करके इथों भेज। SGPC 23/8/2022 नू स्टे ले लैंदे, कहिंदे जमीन साडी ਇਹ ਦਾਨ ਚ ਨਹੀਂ ਦਿੱਤੀ ਜਾ ਸਕਦੀ ਜਾਂ ਇਸ ਤਰ੍ਹਾਂ ਦਾ ਉਹਨਾਂ ਨੇ ਕੋਈ ਪੁਆਇੰਟ ਰੱਖਿਆ। ਤਰੀਕ ਤੇ ਤਰੀਕ ਪੈਂਦੀ ਗਈ, ਅਸੀਂ ਵੀ ਆਪਣੇ ਵੱਲੋਂ ਵਕੀਲ ਭੇਜਦੇ ਗਏ, ਕੋਸ਼ਿਸ਼ਾਂ ਵੀ ਕਰਦੇ ਰਹੇ ਕਿ ਬਣ ਲੈਣ ਦਿਓ, ਨਹੀਂ ਜੀ। ਹੁਣ ਜਿਹੜੀ ਅਗਲੀ ਡੇਟ ਆ ਉਹ 6/2/2023 ਹੈ। ਦੁੱਖ ਨਾਲ ਦੱਸਣਾ ਪੈ ਰਿਹਾ ਕਿ ਹੁਣ ਤੱਕ ਜੇ ਉਹ ਕਿਤੇ ਸੱਚੀ ਨੀਅਤ ਹੁੰਦੀ ਉਹਨਾਂ ਦੀ ਤਾਂ 70% ਕਾਲਜ ਬਣਾਇਆ ਹੁੰਦਾ ਸੀ, 1 ਮਾਰਚ ਨੂੰ ਚੱਲਿਆ ਹੋਣਾ ਸੀ ਪਹਿਲਾ ਸਮੈਸਟਰ। ਹੁਣ ਸਾਡਾ ਪਹਿਲਾ ਸਮੈਸਟਰ ਇਹਨਾਂ ਨੇ ਖਤਮ ਕਰਤਾ। ਤੁਹਾਨੂੰ ਯਾਦ ਹੋਣਾ ਉਸ ਦਿਨ ਤੁਸੀਂ ਮੈਨੂੰ ਸਵਾਲ ਪੁੱਛਿਆ ਸੀ ਵੀ ਪਰਮਿੰਦਰ ਢੀਂਡਸਾ ਕਹਿੰਦਾ ਵੀ ਬਣਨਾ ਨਹੀਂ, ਸਹੀ ਗੱਲ ਸੀ। ਉਹਨਾਂ ਨੂੰ ਪਤਾ ਸੀ ਅਸੀਂ ਬਣਨ ਦੇਣਾ ਨਹੀਂ, ਇਹ ਨਹੀਂ ਚਾਹੁੰਦੇ ਕਿ ਸਾਡੇ ਇਲਾਕੇ ਦੇ ਲੋਕ ਪੜ੍ਹ ਲਿਖ ਜਾਣ, ਸਾਡੇ ਇਲਾਕੇ ਦੇ ਬੱਚੇ ਪੜ੍ਹ ਲਿਖ ਜਾਣ। ਲੋਕ ਇਨ ਢੀਂਡਸਾ ਪਰਿਵਾਰ ਨੂੰ ਬੁਰੀ ਤਰ੍ਹਾਂ ਹਰਾਇਆ ਸੰਗਰੂਰ ਦੇ ਲੋਕਾਂ ਨੇ, ਉਹ ਹਾਰ ਦਾ ਬਦਲਾ ਲੈਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਜਵਾਕਾਂ ਨੂੰ ਪੜ੍ਹ ਨਹੀਂ ਦੇਣਾ। ਬਹੁਤ ਸਾਰੇ ਪਿੰਡਾਂ ਦੇ ਬਾਹਰ ਬੈਠੇ ਨੇ, ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਧਰਨਾ ਲਾਇਆ ਕਿ ਜੀ ਕਾਲਜ ਬਣ ਲੈਣ ਦੋ, ਰੋਕੋ ਨਾ। ਧਰਨਾ ਤੁਸੀਂ ਰਿਵਰਸ ਤਰੀਕੇ ਨਾਲ ਦੇਖਦੇ ਹੋਵੋਗੇ ਜੀ, ਕੰਮ ਕਰਾ ਦਿਓ ਸਾਡਾ। ਇੱਥੇ ਲੋਕ ਕਹਿੰਦੇ ਕੰਮ ਹੋ ਲੈਣ ਦਿਓ ਜੀ, ਮੈਂ ਨਾਮ ਲੈ ਕੇ ਕਹਿ ਰਿਹਾ ਕਿਉਂਕਿ ਉਹਨਾਂ ਨੂੰ ਇਹ ਹੈ ਕਿ ਮਸਤੂਆਣਾ ਸਾਹਿਬ ਦੇ ਵਿੱਚ ਸਾਡਾ ਕਬਜ਼ਾ ਹੈ। ਜੇ ਕੋਈ ਹੋਰ ਇੱਥੇ ਆ ਗਿਆ ਇੱਥੇ ਤਾਂ ਰੁਜ਼ਗਾਰ ਮਿਲੂਗਾ ਲੋਕਾਂ ਨੂੰ, ਇੱਥੇ ਡਾਕਟਰਾਂ ਦੇ ਰਹਿਣ ਵਾਸਤੇ ਅਕੋਮੋਡੇਸ਼ਨ ਸੰਗਰੂਰ ਇੰਨਾ ਡਿਵੈਲਪ ਹੋਜੂਗਾ, ਇੱਥੇ 300 ਬੈੱਡ ਦਾ ਹਾਸਪਿਟਲ ਨਾਲ ਬਣਾਉਣਾ ਪੈਂਦਾ, ਕਲੋਜ਼ ਹੈ ਆਪਣਾ ਜਿਹੜਾ ਸਿਵਲ ਹਾਸਪਿਟਲ ਉਹ ਅਪਗ੍ਰੇਡ ਹੋ ਜੂਗਾ, ਨਰਸਿੰਗ ਕਾਲਜ ਵਾਸਤੇ ਅਸੀਂ ਸਾਰਾ ਕੁਛ ਪੈਸੇ ਜਾਰੀ, ਮੇਰੇ ਕੋਲ ਪੈਸਿਆਂ ਦੀ ਲਿਸਟ ਵੀ ਹੈ ਕਿੰਨੇ ਜਾਰੀ ਕਰਤੇ। ਅਸੀਂ 7,80,97,000 ਜਿਹੜਾ ਨਰਸਿੰਗ ਕਾਲਜ ਵਾਸਤੇ ਜਾਰੀ ਕਰਤਾ ਜੀ, ਅਪਰੂਵਡ। ਫਿਰ ਜੀ ਅਸੀਂ 49,98,76,000 ਰੁਪਇਆ ਬੁਆਇਜ਼ ਐਂਡ ਗਰਲਜ਼ ਹੋਸਟਲ ਇਸ ਕਾਲਜ ਦੇ ਵਿੱਚ ਉਹਦੇ ਵਾਸਤੇ ਜਾਰੀ ਕਰਤਾ, ਬਟ ਕੀ ਲਿਖਿਆ ਹੋਇਆ, ਅਪਰੂਵਲ ਪੈਂਡਿੰਗ ਡਿਊ ਟੂ ਸਟੇ। ਸੋ ਮੈਂ SGPC ਨੂੰ ਵੀ ਕਹਿਣਾ ਕਿ ਬਣਾਉਣੇ ਤਾਂ ਤੁਸੀਂ ਸੀ ਕਾਲਜ ਇਹ, ਤੇ ਸਾਨੂੰ ਬਣੇ ਬਣਾਇਆ ਨੂੰ ਵੀ ਰੋਕਦੇ ਹੋ। ਤੇ ਵੈਸੇ ਤਾਂ ਢੀਂਡਸਾ ਸਾਹਿਬ ਕਹਿੰਦੇ ਨੇ ਮੈਂ ਅਸੂਲਾਂ ਕਰਕੇ ਅਲੱਗ ਹੋਇਆ ਅਕਾਲੀ ਦਲ ਤੋਂ, ਇਹੋ ਜਿਹੇ ਮੌਕੇ ਤੇ ਅਸੂਲ ਇਕੱਠੇ ਹੋ ਗਏ ਫਿਰ, ਹੁਣ ਇਕੱਠੇ ਨੇ ਸੁਖਬੀਰ ਬਾਦਲ ਜੀ ਦੱਸਣ ਕਿ ਕਾਲਜ ਕਿਉਂ ਨਹੀਂ ਵੰਡ ਦਿੰਦੇ ਹੋ। ਸੁਖਬੀਰ ਬਾਦਲ ਜੀ ਇਹ ਨਾ ਕਹਿਣ ਅੱਜ ਡਿਬੇਟ ਦੇ ਵਿੱਚ ਜਾ ਕੇ, ਜਾਂ ਉਹਨਾਂ ਦਾ ਕੋਈ ਜਿਹੜਾ ਕੋਈ ਭੇਜਦੇ ਨੇ ਉਹ ਆਪਣੇ ਕਿ ਨਹੀਂ ਜੀ ਇਹ ਤਾਂ ਧਾਰਮਿਕ ਸੰਸਥਾ ਸਾਡਾ ਕੋਈ ਲੈਣਾ ਦੇਣਾ ਨਹੀਂ। ਸੁਖਬੀਰ ਬਾਦਲ ਮਹੀਨਾ ਡੇਢ ਮਹੀਨਾ ਪਹਿਲਾਂ ਕਿਵੇਂ ਭੱਜਿਆ ਫਿਰਦਾ ਸੀ SGPC ਵਾਸਤੇ, ਸਾਰੀ ਰਾਜਨੀਤਿਕ ਤਾਕਤ ਝੋਂਕਤੀ ਸੀ SGPC ਵਾਸਤੇ, ਤੇ ਜਦੋਂ ਵਾਰੀ ਆਉਂਦੀ ਹੈ ਵੀ ਐਂ ਉਦੋਂ ਕਹਿੰਦੇ ਧਾਰਮਿਕ ਸੰਸਥਾ, ਤੇ ਜਦੋਂ ਪਰਿਵਾਰ ਤੇ ਕੋਈ ਸੰਕਟ ਆ ਜਾਂਦਾ ਉਦੋਂ ਕਹਿੰਦੇ ਅਸੀਂ ਧਾਰਮਿਕ ਹਾਂ। ਅਸੀਂ ਵਿੱਚੀ ਅਕਾਲੀ ਦਲ ਤਾਂ ਬਚੂਗਾ ਜੇ ਸ਼੍ਰੋਮਣੀ ਕਮੇਟੀ ਬਚੂਗੀ, ਸ਼੍ਰੋਮਣੀ ਕਮੇਟੀ ਤਾਂ ਬਚੂਗੀ ਜੇ ਅਕਾਲੀ ਦਲ ਬਚੂਗਾ, ਤੇ ਹੁਣ ਜਵਾਬ ਦੇਣ ਇਹ ਕਿਉਂ ਨੀ ਬਣ ਦਿੱਤਾ ਇਹਨਾਂ ਨੇ ਕਾਲਜ, ਇਹ ਕਾਲਜ ਤਾਂ ਬਣਾਊਂਗਾ ਮੈਂ, ਇਹ ਫਿਕਰ ਨਾ ਕਰਨ।